ਤੇ ਅਧਿਆਪਕ ਸੰਘਰਸ਼ ਕਮੇਟੀ ਵੱਲੋਂ DAO ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪਟਿਆਲਾ ਬਾਈਪਾਸ ਤੇ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਧਿਆਪਕਾਂ ਦਾ ਕਹਿਣਾ ਹੈ ਕਿ 28 ਫਰਵਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਪਹਿਲੀ ਮੀਟਿੰਗ ਹੋਵੇ, ਜੇਕਰ ਉਹਨਾਂ ਨਾਲ ਮੀਟਿੰਗ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ। 10 ਫਰਵਰੀ ਨੂੰ ਪਟਿਆਲੇ ਦੇ ਵਿੱਚ ਜਿਹੜੀ ਰੈਲੀ ਹੋਈ ਸੀ ਉਸ ਰੈਲੀ ਦੇ ਦੌਰਾਨ ਅਸੀਂ ਆਪਣੀ ਮੰਗ ਰੱਖੀ ਸੀ ਕਿ ਸਾਡੀ ਮੀਟਿੰਗ ਤੁਰੰਤ ਮੁੱਖ ਮੰਤਰੀ ਕਰੇ, ਜੇ ਮੀਟਿੰਗ ਨਹੀਂ ਕਰਨੀ ਤਾਂ ਮਸਲੇ ਦਾ ਹੱਲ ਕਰੇ। ਮੁੱਖ ਮੰਗਾਂ ਦੇ ਵਿੱਚ ਕੱਚੇ ਅਧਿਆਪਕਾਂ ਨੂੰ ਪੱਕੇ ਕਰਾਉਣ ਵਾਲੀ ਮੰਗ ਹੈਗੀ ਹੈ, ਜਿਹਦੇ ਵਿੱਚ 5178 PGS AI STR IV ਵਲੰਟੀਅਰ ਜਾਂ ਸਿੱਖਿਆ ਪ੍ਰੋਵਾਈਡਰ, ਇਸੇ ਤਰ੍ਹਾਂ ਨੋਨ ਟੀਚਿੰਗ ਸਟਾਫ ਹੈਗਾ। ਅਤੇ ਨਾਲ ਦੀ ਨਾਲ ਦੂਜੀ ਵੱਡੀ ਮੰਗ ਹੈਗੀ ਹੈ ਜਿਹੜੀ ਪਹਿਲਾਂ ਕਾਫੀ ਚਰਚਾ 'ਚ ਰਹੀ ਕਿ SSA ਰਮਸਾ ਅਧਿਆਪਕਾਂ ਦੀ ਜਿਹੜੀ ਤਨਖਾਹ ਕਟੌਤੀ ਕੀਤੀ ਗਈ 88-86 ਅਧਿਆਪਕਾਂ ਦੀ, ਉਹ ਤਨਖਾਹ ਕਟੌਤੀ ਦਾ ਫੈਸਲਾ ਵਾਪਸ ਲੈ ਕੇ ਪੂਰੀ ਤਨਖਾਹ 'ਤੇ ਸਰਕਾਰ ਰੈਗੂਲਰ ਕਰੇ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਰੈਗੂਲਰ ਕਰੇ, ਬਾਕੀ ਰੈਗੂਲਰ ਮੁਲਾਜ਼ਮਾਂ ਦੀਆਂ ਬਾਕੀ ਮੰਗਾਂ ਮੰਨੇ। ਇਹਨਾਂ ਮੰਗਾਂ ਦੇ ਸੰਬੰਧੀ 10 ਵਾਰ ਮੁੱਖ ਮੰਤਰੀ ਨੇ ਸਮਾਂ ਦਿੱਤਾ ਅਤੇ 10 ਵਾਰ ਹੀ ਮੁੱਕ ਰਿਹਾ ਹੈਗਾ। ਇਸ ਵਾਰ 11ਵੀਂ ਵਾਰ ਮੀਟਿੰਗ ਦਾ ਸਮਾਂ ਦਿੱਤਾ, ਉਹ ਸਮਾਂ ਜਾਣ ਬੁੱਝ ਕੇ ਬਹੁਤ ਦੂਰ ਦਿੱਤਾ ਗਿਆ 28 ਤਰੀਕ ਦਾ। ਅਸੀਂ ਉਸ ਦਿਨ ਵੀ ਕਹਿ ਕੇ ਗਏ ਸੀ ਕਿ ਜੇ ਤੁਸੀਂ ਸਾਨੂੰ ਮੀਟਿੰਗ ਸਮਾਂ ਰਹਿੰਦੇ ਨਹੀਂ ਦਿੱਤੀ, ਜਿੰਨਾ ਸਮਾਂ ਸਾਡਾ ਮਸਲੇ ਦਾ ਹੱਲ ਨਹੀਂ ਹੁੰਦਾ ਸਾਡਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹਿਣਾ। ਉਸੇ ਤਹਿਤ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ 'ਤੇ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤੇ ਨੇ, ਕਿਉਂਕਿ ਇੱਕ ਪਾਸੇ ਸਾਨੂੰ ਮੀਟਿੰਗ ਦਾ ਸਮਾਂ ਬਹੁਤ ਦੂਰ ਦਿੱਤਾ, ਦੂਜੇ ਪਾਸੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਬਿਆਨਬਾਜ਼ੀ ਅੱਜ ਵੀ ਉਸੇ ਤਰ੍ਹਾਂ ਜਾਰੀ ਹੈ ਕਿ ਇਹ ਤਾਂ ਕੁਝ ਲੀਡਰ ਲੋਕ ਨੇ ਟੀਚਰ ਤਾਂ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਨੇ, ਕੁਛ ਕੁ ਲੋਕ ਨੇ ਜਿਹੜੇ ਅੰਦੋਲਨ ਕਰ ਰਹੇ ਨੇ। ਜੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਇਸ ਤਰ੍ਹਾਂ ਲੱਗਦਾ ਹੈਗਾ ਤਾਂ ਪੰਜਾਬ ਦੇ ਇੱਥੇ ਪਟਿਆਲੇ ਦੇ ਵਿੱਚ ਜਿਹੜਾ 10 ਤਰੀਕ ਨੂੰ ਅਧਿਆਪਕਾਂ ਦਾ ਹੜ੍ਹ ਆਇਆ ਸੀ ਉਹ ਪਾਕਿਸਤਾਨ ਦੇ ਜਾਂ ਦੂਜੀ ਸਟੇਟ ਦੇ ਅਧਿਆਪਕ ਤਾਂ ਹੈ ਨਹੀਂ ਸੀ। ਸੋ ਸਿੱਖਿਆ ਮੰਤਰੀ ਦੀ ਬਿਆਨਬਾਜ਼ੀ, ਮੀਟਿੰਗ ਦਾ ਦੂਰ ਹੋਣਾ, ਸਿੱਖਿਆ ਸਕੱਤਰ ਦਾ ਜਿਹੜਾ ਅਧਿਆਪਕਾਂ ਪ੍ਰਤੀ ਤਾਨਾਸ਼ਾਹ ਰਵੱਈਆ, ਅਤੇ ਪਟਿਆਲਾ ਪ੍ਰਸ਼ਾਸਨ ਵੱਲੋਂ ਜਿਹੜੇ ਝੂਠੇ ਪੁਲਿਸ ਕੇਸ ਅਧਿਆਪਕ ਆਗੂਆਂ 'ਤੇ ਦਰਜ ਕੀਤੇ ਗਏ, ਇਸ ਦੇ ਖਿਲਾਫ਼ ਅੱਜ ਪੂਰੇ ਪੰਜਾਬ 'ਚ ਜ਼ਿਲ੍ਹਾ ਪੱਧਰ 'ਤੇ ਰੋਸ ਪ੍ਰਦਰਸ਼ਨ। ਹਰਦੀਪ ਜੀ, ਤੁਹਾਡੇ ਨੇਤਾ ਹੀ ਕਈ ਕਹਿ ਕੇ ਗਏ ਨੇ ਵੀ ਅਸੀਂ ਹੁਣ ਡਾਇਲੌਗ ਨਾਲ ਗੱਲ ਚਲਾਂਗੇ, ਅੰਦੋਲਨ ਹੀ ਕਰਾਂਗੇ, ਫਿਰ ਤੁਸੀਂ ਅੰਦੋਲਨ ਕਿਉਂ ਕੀਤਾ? ਨਹੀਂ, ਅਸੀਂ ਅੰਦੋਲਨ ਕਦੇ ਵੀ ਨਹੀਂ ਇਹ ਆਖਿਆ ਕਿ ਬੰਦ ਹੋਊਗਾ। ਅਸੀਂ ਉਸ ਦਿਨ ਵੀ ਆਖਿਆ ਸੀ ਕਿ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਦਾ ਬਾਈਕਾਟ ਕੱਲ੍ਹ ਤੋਂ ਹੀ ਸ਼ੁਰੂ ਹੋਣਾ, ਉਹ ਕੱਲ੍ਹ ਤੋਂ ਸ਼ੁਰੂ ਹੋ ਚੁੱਕਿਆ। ਲੇਕਿਨ ਸੜਕਾਂ ਦੇ ਅੰਦੋਲਨ, ਸੜਕਾਂ ਦੇ ਅੰਦੋਲਨ, ਅਸੀਂ ਇਹ ਵੀ ਆਖਿਆ ਸੀ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜਦੋਂ ਤੱਕ ਪੰਜਾਬ ਦੇ ਸਕੂਲਾਂ ਦੇ ਵਿੱਚ ਜਾ ਕੇ ਬਦਮਾਸ਼ੀ ਕਰਨੀ ਬੰਦ ਨਹੀਂ ਕਰਦੇ ਉਦੋਂ ਤੱਕ ਸਾਡਾ ਅੰਦੋਲਨ ਜਾਰੀ ਰਹਿਣਾ, ਉਹਨਾਂ ਦਾ ਘਿਰਾਓ ਕੀਤਾ ਜਾਣਾ, ਕੱਲ੍ਹ ਮਾਨਸਾ ਦੇ ਵਿੱਚ ਕੀਤਾ ਵੀ ਗਿਆ ਹੈਗਾ। ਬਾਕੀ ਰਹੀ ਗੱਲ ਸੜਕਾਂ ਦੇ, ਜੇ ਸਾਡੇ 'ਤੇ ਇੱਕ ਪਾਸੇ ਗੱਲਬਾਤ ਦਾ ਸੱਦਾ ਹੁੰਦਾ, ਦੂਜੇ ਪਾਸੇ ਪੁਲਿਸ ਕੇਸ ਦਰਜ ਹੁੰਦੇ ਨੇ, ਤਾਂ ਕਿਉਂ ਨਾ ਅਸੀਂ ਸੜਕਾਂ 'ਤੇ ਆਈਏ? ਮੁੱਖ ਮੰਤਰੀ ਵਾਰ ਵਾਰ ਮੀਟਿੰਗਾਂ ਦੇ ਕੇ ਮੁੱਕਰਦਾ, ਸਿੱਖਿਆ ਮੰਤਰੀ ਵਾਰ ਵਾਰ ਬਿਆਨ ਬਦਲਦਾ, ਤਾਂ ਅਧਿਆਪਕਾਂ ਦਾ ਵੀ ਇਹ ਹੱਕ ਹੈਗਾ ਕਿ ਸਰਕਾਰ ਜਿਹੜੀ ਆਪਣੀ ਭਰੋਸਾ ਗਵਾ ਚੁੱਕੀ ਹੈ ਉਸ ਦੇ ਖਿਲਾਫ਼ ਲਗਾਤਾਰ ਸੜਕਾਂ 'ਤੇ ਰਹਿਣ, ਅਤੇ ਅਸੀਂ ਸੜਕਾਂ 'ਤੇ ਰਹਾਂਗੇ।